ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ। ਗੁਰੂ ਨਾਨਕ ਦੇਵ ਅਕੈਡਮੀ ਦੀ ਇੱਕ ਵਿਦਿਆਰਥਣ ਆ ਪਰਮਿੰਦਰ ਕੌਰ, ਜਿਸਨੇ ਪੂਰੇ ਪੰਜਾਬ ਦੇ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ। ਉੱਥੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤੇ ਫਸਟ ਡਿਵੀਜ਼ਨ ਹਾਸਲ ਕੀਤੀ ਆ, ਜਿਹੜੇ ਕਿ ਨੌਨ ਮੈਡੀਕਲ ਦੇ ਵਿਦਿਆਰਥਣ ਪਰਮਿੰਦਰ ਕੌਰ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਬੇਟਾ, ਅੱਜ ਤੁਸੀਂ ਪਹਿਲਾ ਹਾਸਲ ਜਿਹੜਾ ਸਥਾਨ ਹੈ ਉਹ ਕੀਤਾ ਵਾ, ਤੁਹਾਨੂੰ ਕਿਸ ਤਰ੍ਹਾਂ ਦਾ ਫਖਰ ਮਹਿਸੂਸ ਹੋ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਮੇਰੇ ਪੇਰੈਂਟਸ, ਮੇਰੇ ਸਾਰੇ ਟੀਚਰਸ ਬਹੁਤ ਖੁਸ਼ ਨੇ ਤੇ ਬਹੁਤ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਘਰ ਵਿੱਚ। ਜੇ ਗੱਲ ਕੀਤੀ ਜਾਵੇ ਤੇ ਤੁਸੀਂ ਪੜ੍ਹਾਈ ਜਿਹੜੀ ਕਿਸ ਤਰੀਕੇ ਨਾਲ ਕਰਦੇ, ਕਿਉਂਕਿ ਬਹੁਤ ਸਾਰਾ ਲੜਕੀਆਂ ਦੇ ਉੱਤੇ ਬੋਝ ਹੁੰਦਾ ਕਿ ਘਰ ਦਾ ਕੰਮ ਵੀ ਕਰਨਾ ਵਾ, ਉਹ ਨਾਲ ਨਾਲ ਕੁਝ ਖੇਲ ਦੀ ਐਕਟੀਵਿਟੀਜ਼ ਜਿਹੜੀਆਂ ਉਹ ਵੀ ਕਰਨੀਆਂ ਔਰ ਪੜ੍ਹਾਈ ਵੀ ਕਰਨੀ ਆ, ਤੁਹਾਨੂੰ ਕਿੰਨਾ ਕੁ ਟਫ ਲੱਗਿਆ? ਟਫ ਕੁਝ ਨਹੀਂ ਹੁੰਦਾ, ਜਿਹੜੇ ਟਾਈਮ ਤੁਸੀਂ ਪੜ੍ਹਨਾ ਆ ਉਸ ਟਾਈਮ ਤੇ ਸਿਰਫ ਪੜ੍ਹੋ, ਤੇ ਜਿਹੜੇ ਹੋਰ ਕੋਈ ਘਰ ਦੇ ਕੰਮ ਵੀ ਕਰਨੇ ਚਾਹੀਦੇ ਨਾਲੋ ਨਾਲ, ਕਿਉਂਕਿ ਉਹ ਵੀ ਤਾਂ ਜ਼ਰੂਰੀ ਨੇ। ਤੇ ਬਾਕੀ ਹੋਰ ਖੇਡ ਵਿੱਚ ਵੀ ਭਾਗ ਲੈਣਾ ਚਾਹੀਦਾ, ਹੋਰ ਵੀ ਜਿਹੜੀ ਤੁਹਾਡੀ ਹੋਬੀਸ ਨੇ ਉਹਨਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਤੇ ਇੰਨਾ ਕੁਝ ਡਿਫਿਕਲਟ ਹੀ ਹੁੰਦਾ ਜਿਸ ਟਾਈਮ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਸ ਤੇ ਫੋਕਸ ਕਰਨਾ ਚਾਹੀਦਾ। ਜੇ ਗੱਲ ਕੀਤੀ ਜਾਵੇ ਤੇ ਨੌਨ ਮੈਡੀਕਲ ਦੀ ਪੜ੍ਹਾਈ ਜਿਹੜੀ ਆ ਬਹੁਤ ਟਫ ਆ, ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਪੜ੍ਹਾਈ ਨੂੰ ਛੱਡ ਜਾਂਦੇ ਆ ਔਰ ਆਰਟਸ ਵਗੈਰਾ ਦੇ ਉੱਤੇ ਫੋਕਸ ਕਰ ਲੈਂਦੇ ਆ। ਤੁਸੀਂ ਨੌਨ ਮੈਡੀਕਲ ਕਰਕੇ ਅੱਗੇ ਪੜ੍ਹਨਾ ਕੀ ਚਾਹੁੰਦੇ? ਮੈਨੂੰ ਮੈਥਸ ਬਹੁਤ ਵਧੀਆ ਲੱਗਦੀ ਸੀਗੀ ਤੇ ਇਸ ਵਿੱਚ ਕਾਫੀ ਸਕੋਪ ਵੀ ਹੈ ਅੱਗੇ ਫਿਊਚਰ ਦੇ ਵਿੱਚ, ਤੇ ਮੈਂ ਇਸ ਕਰਕੇ ਨੌਨ ਮੈਡੀਕਲ ਰੱਖੀ ਸੀ। ਪਰ ਇਸ ਦੇ ਨਾਲ ਨਾਲ ਮੇਰਾ ਬਾਇਓ 'ਚ ਵੀ ਬਹੁਤ ਇੰਟਰਸਟ ਸੀਗਾ, ਜਿਸ ਕਰਕੇ ਮੈਂ ਬਾਇਓ ਵੀ ਐਡੀਸ਼ਨਲ ਨਾਲ ਰੱਖੀ ਸੀ। ਤੇ ਬਟ ਉਹ ਟਫ ਤੇ ਨਹੀਂ ਹੈ, ਪਰ ਜੇਕਰ ਅਸੀਂ ਇਹਦੇ ਵਿੱਚ ਧਿਆਨ ਦਈਏ ਤਾਂ ਬਹੁਤ ਵਧੀਆ ਹੈ। ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਤੇ ਸੇਵਾ ਕਰਨਾ ਚਾਹੁੰਦੀ ਹਾਂ ਦੁਨੀਆ ਦੀ। ਜੇ ਦੇਖਿਆ ਜਾਵੇ ਤੇ ਤੁਹਾਡਾ ਸਾਰਾ ਪਰਿਵਾਰ ਜਿਹੜਾ ਅੰਮ੍ਰਿਤਧਾਰੀ ਆ, ਗੁਰਸਿੱਖ ਪਰਿਵਾਰ ਆ, ਸ਼ਬਦ ਗੁਰਬਾਣੀ ਦੇ ਨਾਲ ਜੁੜਿਆ ਹੋਇਆ। ਜੇ ਤੁਹਾਡੇ ਪਾਪਾ ਦੀ ਗੱਲ ਕੀਤੀ ਜਾਵੇ ਤੇ ਉਹ ਤਬਲਾ ਵਾਜਕ ਨੇ ਤੇ ਘਰ ਦੇ ਵਿੱਚ ਤੁਸੀਂ ਪਾਠ ਵੀ ਕਰਦੇ ਹੋ, ਫਿਰ ਟਾਈਮ ਕਿੱਦਾਂ ਕੱਢ ਪਾਉਂਦੇ ਸੀ ਪੜ੍ਹਾਈ ਵਾਸਤੇ? ਉਹੀ ਮੈਂ ਕਿਹਾ ਪਹਿਲਾਂ ਕਿ ਜਦੋਂ ਪੜ੍ਹਾਈ ਕਰਨੀ ਉਸ ਟਾਈਮ ਤੇ ਸਿਰਫ ਪੜ੍ਹਾਈ, ਤੇ ਟਾਈਮ ਨਿਕਲ ਜਾਂਦਾ ਹੈ ਜੇਕਰ ਅਸੀਂ ਹੋਰ ਆਪਣਾ ਟਾਈਮ ਨੂੰ ਵੇਸਟ ਨਾ ਕਰੀਏ, ਹੋਰ ਕੰਮਾਂ ਵਿੱਚ ਸਿਰਫ ਜਿਹੜੇ ਕੰਮ ਸਾਡੇ ਲਈ ਜ਼ਰੂਰੀ ਨੇ ਉਹ ਕਰੀਏ ਤਾਂ ਟਾਈਮ ਨਿਕਲ ਜਾਂਦਾ, ਹਰ ਕੰਮ ਟਾਈਮ ਨਿਕਲ ਜਾਂਦਾ। ਜਿਸ ਤਰ੍ਹਾਂ ਆਪਾਂ ਮਾਂ ਬਾਪ ਦੀ ਗੱਲ ਕਰਦੇ ਹਾਂ ਕਿ ਮਾਂ ਬਾਪ ਨੇ ਕਿਸ ਤਰ੍ਹਾਂ ਦੀ ਸਪੋਰਟ ਕੀਤੀ ਉਦੋਂ ਟੀਚਰ ਦੀ, ਕਿਉਂਕਿ ਮਾਂ ਬਾਪ ਤੋਂ ਬਾਅਦ ਦੂਸਰੇ ਜਿਹੜੇ ਆ ਉਹ ਗੁਰੂ ਟੀਚਰ ਹੁੰਦੇ ਨੇ ਜਿਹੜਾ ਕਿ ਗੁਰ ਗਿਆਨ ਦਿੰਦੇ ਨੇ ਤੇ ਸ਼ਬਦ ਰੂਪੀ ਗਿਆਨ ਜਿਹੜਾ ਵਾ ਉਹਨਾਂ ਟੀਚਰਾਂ ਨੇ ਦਿੱਤਾ, ਤੇ ਕਿਸ ਤਰ੍ਹਾਂ ਦਾ ਪਰਿਵਾਰ ਵੱਲੋਂ ਔਰ ਟੀਚਰਾਂ ਵੱਲੋਂ ਤੁਹਾਨੂੰ ਸਹਿਯੋਗ ਮਿਲਿਆ? ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਦਿੱਤਾ ਜਦੋਂ ਵੀ ਮੈਨੂੰ ਲੋੜ ਪਈ ਉਹਨਾਂ ਦੀ, ਜਿਸ ਵਕਤ ਵੀ ਉਹਨਾਂ ਨੇ ਮੇਰਾ ਸਾਥ ਦਿੱਤਾ। ਤੇ ਇਸ ਦੇ ਨਾਲ ਜਦੋਂ ਸਕੂਲ ਹੁੰਦੇ ਆ ਉਸ ਟਾਈਮ ਤੇ ਸਾਡੇ ਟੀਚਰਸ ਜਿਹੜੇ ਉਹੀ ਸਾਡੇ ਮਾਂ ਬਾਪ ਹੁੰਦੇ ਨੇ, ਤੇ ਸਾਡੇ ਸਾਰੇ ਟੀਚਰਸ ਸਟਾਫ ਸਾਰਾ ਬਹੁਤ ਵਧੀਆ ਆ, ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਤੇ ਵੀ। ਸ਼ੁਰੂ ਤੋਂ ਹੀ ਮੈਂ ਇੱਥੇ ਪੜ੍ਹਦੀ ਆਈ ਹਾਂ ਅਕੈਡਮੀ ਵਿੱਚ, ਤੇ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ, ਕਦੀ ਵੀ ਨਾ ਨਹੀਂ ਕੀਤੀ ਕਿਸੇ ਕੰਮ 'ਚ, ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਟੀਚਰਸ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਹੈ। ਸੋ ਦੇਖ ਸਕਦੇ ਹੋ ਕਿ ਟੀਚਰ ਔਰ ਪਰਿਵਾਰਕ ਦਾ ਜਿਹੜਾ ਬਹੁਤ ਵੱਡਾ ਇੱਕ ਸੰਯੋਗ ਰਿਹਾ ਜਿਸ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਫਸਟ ਡਿਵੀਜ਼ਨ ਹਾਸਲ ਕੀਤੀ ਹੈ। ਗੁਰੂ ਨਾਨਕ ਦੇਵ ਅਕੈਡਮੀ ਦੇ ਟੀਚਰ ਰਾਜਵੀਰ ਸਿੰਘ ਸਾਡੇ ਨਾਲ ਹੈ, ਆਪਾਂ ਗੱਲਬਾਤ ਕਰਾਂਗੇ ਕਿ ਅਕਸਰ ਹੀ ਤੁਸੀਂ ਵੇਖਦੇ ਹੋ ਕਿ ਬੱਚਿਆਂ ਦੇ ਵੱਖ ਵੱਖ ਤਰ੍ਹਾਂ ਦੇ ਸੁਭਾਅ ਹੁੰਦੇ ਨੇ, ਜੇ ਆਪਾਂ ਇਸ ਬੇਟੀ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਸੁਭਾਅ ਕਿੱਦਾਂ ਸੀ, ਦੂਸਰੇ ਬੱਚਿਆਂ ਨੂੰ ਵਿਲੱਖਣ ਕਿਸ ਤਰੀਕੇ ਨਾਲ? ਦੇਖੋ ਜੀ, ਮੇਰਾ ਨਾਮ ਰਾਜਵੀਰ ਸਿੰਘ ਹੈ, ਮੈਂ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੇ ਵਿੱਚ ਐਜ਼ ਏ ਮੈਥ ਲੈਕਚਰਰ ਪੜ੍ਹਾ ਰਿਹਾ। ਔਰ ਪਰਮਿੰਦਰ ਦੀ ਗੱਲ ਕਰੀਏ ਤਾਂ ਇਹਦਾ ਬਹੁਤ ਹੀ ਵਧੀਆ ਸੁਭਾਅ ਸੀ ਔਰ ਇਹ ਬੱਚੀ ਮਲਟੀ ਟੈਲੈਂਟਡ ਬੱਚੀ ਹੈ। ਇਕੱਲਾ ਜਿਹੜਾ ਆਪਾਂ ਕਰੀਏ ਨਾ ਪੜ੍ਹਾਈ 'ਚ ਨਹੀਂ, ਹੋਰ ਨਾ ਐਕਟੀਵਿਟੀਜ਼ ਦੇ ਵਿੱਚ ਸਿੰਗਿੰਗ, ਈਵਨ ਕੀਰਤਨ ਕਰਦੀ ਹੈ ਬੇਟੀ, ਔਰ ਸਾਡੇ ਕੋਲ ਜਿੰਨੀਆਂ ਵੀ ਕਰਿਕੁਲਰ ਐਕਟੀਵਿਟੀਜ਼ ਹੁੰਦੀਆਂ ਹੈ, ਗਿੱਧਾ ਭੰਗੜਾ, ਉਹਦੇ 'ਚ ਵੀ ਇਹਨੇ ਪਾਰਟੀਸਪੇਟ ਕੀਤਾ ਔਰ ਹਰ ਜਗ੍ਹਾ 'ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਔਰ ਸਕੂਲ ਦੇ ਨਾਮ ਦੇ ਨਾਲ ਨਾਲ ਅੱਜ ਇਹਨੇ ਪੂਰੇ ਬਟਾਲਾ, ਗੁਰਦਾਸਪੁਰ ਡਿਸਟ੍ਰਿਕਟ ਤੇ ਪੰਜਾਬ 'ਚ ਜਿਹੜਾ ਚੌਥਾ ਰੈਂਕ ਹਾਸਲ ਕਰਕੇ ਪੂਰੇ ਪੰਜਾਬ ਦਾ
ਔਰ ਪੂਰੇ ਸਾਡੇ ਬਟਾਲੇ ਦਾ ਨਾਮ ਰੋਸ਼ਨ ਕੀਤਾ। ਸਾਨੂੰ ਇਸ ਬੇਟੀ ਤੇ ਬੜਾ ਮਾਣ ਹੈ ਔਰ ਇਹ ਬੇਟੀ ਸਾਡੇ ਵਾਸਤੇ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਮਿਸਾਲ ਹੈ ਜਿਹੜੇ ਬੱਚੇ ਮਿਹਨਤ ਕਰਦੇ ਆ ਔਰ ਇਹ ਸੋਚਦੇ ਆ ਕਿ ਅਸੀਂ ਕਾਮਯਾਬ ਹੋਣਾ, ਪਰ ਉਹਨਾਂ ਦੇ ਮਨ 'ਚ ਇੱਕ ਸ਼ੰਕਾ ਹੁੰਦੀ ਹੈ। ਸੋ ਜਿਹੜਾ ਵੀ ਬੱਚਾ ਆਪਣੇ ਮਨ 'ਚ ਸ਼ੰਕਾ ਰੱਖ ਕੇ ਪੜ੍ਹਦਾ ਨਾ, ਉਹ ਕਦੀ ਕਾਮਯਾਬ ਨਹੀਂ ਹੋ ਪਾਉਂਦਾ। ਇਨਸਾਨ ਨੂੰ ਆਪਣੇ ਤੇ ਜ਼ਿਆਦਾ ਭਰੋਸਾ ਕਰਕੇ ਤੇ ਪਰਮਾਤਮਾ ਉਸਦਾ ਹੀ ਸਾਥ ਦਿੰਦਾ ਜੋ ਆਪਣੇ ਤੇ ਭਰੋਸਾ ਕਰਦਾ, ਔਰ ਜਿੰਨੀ ਜ਼ਿਆਦਾ ਤੁਸੀਂ ਮਿਹਨਤ ਕਰਦੇ ਹੋ ਪਰਮਾਤਮਾ ਉਹਦਾ ਫਲ 4 ਗੁਣਾ ਵਧਾ ਕੇ ਦਿੰਦਾ। ਔਰ ਅੱਜ ਇਸ ਬੇਟੀ ਨੇ ਸਾਡਾ ਉਹ ਮਾਣ ਵਧਾਇਆ, ਸਾਨੂੰ ਇਸ ਤੇ ਬਹੁਤ ਜ਼ਿਆਦਾ ਖੁਸ਼ੀ ਹੈ। ਜੇ ਗੱਲ ਕੀਤੀ ਜਾਵੇ ਤੇ ਅੱਜ ਪਰਿਵਾਰ ਦੇ ਵਿੱਚ ਨਾਨਕਾ ਮੇਲ, ਦਾਦਕਾ ਮੇਲ, ਟੀਚਰ ਸਾਹਿਬਾਨ ਸਾਰੇ ਇਕੱਠੇ ਸੈਲੀਬ੍ਰੇਟ ਕਰ ਰਹੇ ਆ, ਤੇ ਜਦੋਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗਾ ਕਿ ਬੇਟੀ ਨੇ ਜਿਹੜਾ ਵਾ ਫਸਟ ਡਿਵੀਜ਼ਨ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਸਲ ਕੀਤੀ ਹੈ, ਤੇ ਤੁਹਾਡਾ ਇਹ ਰਿਐਕਸ਼ਨ ਉਸ ਟਾਈਮ ਦੇ ਕਿਸ ਤਰ੍ਹਾਂ ਦੇ ਸੀ? ਦੇਖੋ, ਜਿਸ ਵੇਲੇ ਕੱਲ੍ਹ 4:15 ਦੇ ਵਜੇ ਰਿਜ਼ਲਟ ਆਇਆ ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਲਿਸਟ ਆਈ, ਮੈਨੂੰ 1-2 ਕਾਲਜ ਵੀ ਆਈਆਂ ਟੀਚਰਸ ਦੀਆਂ, ਔਰ ਮੇਰੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਸਿੰਘ ਨਦਾਵਾ ਗੁਰੂ ਨਾਨਕ ਦੇਵ ਅਕੈਡਮੀ, ਉਹਨਾਂ ਦਾ ਵੀ ਮੈਨੂੰ ਕਾਲ ਆਈ ਤੇ ਮੈਂ ਲਿਸਟ ਵੀ ਚੈੱਕ ਕੀਤੀ ਸੀ ਤੇ ਮੈਂ ਉਸੇ ਵੇਲੇ ਇਸ ਬੇਟੀ ਨੂੰ, ਕਿਉਂਕਿ ਮੇਰੇ ਕੋਲ ਨੰਬਰ ਹੈਗਾ ਸੀ ਬੇਟੀ ਦਾ, ਮੇਰੇ ਕੋਲ ਪੜ੍ਹਦੀ ਸੀ, ਤੇ ਮੈਂ ਇਹਨੂੰ ਕਾਲ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਔਰ ਮੈਨੂੰ ਮਾਣ ਵੀ ਮਹਿਸੂਸ ਹੋਇਆ। ਮੈਂ ਇਹਨੂੰ ਕਾਲ ਕਰਕੇ ਦੱਸਿਆ ਕਿ ਬੇਟਾ ਤੇਰਾ ਪੂਰੇ ਪੰਜਾਬ ਦੇ ਵਿੱਚ 4th ਰੈਂਕ ਆਇਆ ਔਰ ਪੂਰੇ ਡਿਸਟ੍ਰਿਕਟ 'ਚ ਤੂੰ ਟੌਪ ਕੀਤਾ, ਔਰ ਬੇਟੀ ਬਹੁਤ ਖੁਸ਼ ਸੀ। ਤੇ ਜਦੋਂ ਇਹਦੇ ਪਾਪਾ ਨਾਲ ਮੇਰੀ ਗੱਲ ਹੋਈ ਤੇ ਪਾਪਾ ਫੋਨ ਦੇ ਵਿੱਚ ਹੀ ਰੋਣ ਲੱਗ ਗਏ, ਕਿਉਂਕਿ ਇੱਕ ਮਾਂ ਪਿਓ ਲਈ ਬੜਾ ਇਹ ਉਹ ਮੋਮੈਂਟ ਹੁੰਦਾ ਜਦੋਂ ਬੱਚਾ ਪੂਰੇ ਡਿਸਟ੍ਰਿਕਟ ਦੇ ਵਿੱਚ ਔਰ ਪੂਰੇ ਪੰਜਾਬ 'ਚ ਅਵਲ ਆਏ, ਔਰ ਸਾਡੇ ਲਈ ਉਹ ਜ਼ਿਆਦਾ ਮਾਣ ਮਹਿਸੂਸ ਹੁੰਦਾ। ਤਾਂ ਇੱਕ ਟੀਚਰ ਦਾ ਫਰਜ਼ ਇੰਨਾ ਹੁੰਦਾ ਕਿ ਬੱਚੇ ਨੂੰ ਇੱਕ ਸਹੀ ਦਿਸ਼ਾ ਦੇਣਾ, ਔਰ ਮੈਨੂੰ ਅੱਜ ਇਹ ਖੁਸ਼ੀ ਹੈ ਕਿ ਮੈਂ ਇਹਨੂੰ ਉਸ ਤਰੀਕੇ ਨਾਲ ਗਾਈਡ ਕਰ ਪਾਇਆ। ਅੱਜ ਮੇਰਾ ਵੀ ਇਹਨੇ ਮਾਣ ਵਧਾਇਆ ਕਿ ਅੱਜ ਮੈਨੂੰ ਬਹੁਤ ਮਹਿਸੂਸ ਹੋ ਰਿਹਾ ਕਿ ਇਹ ਬੱਚੀ ਨਹੀਂ, ਇਹ ਸਾਡੇ ਲਈ ਪੁੱਤਾਂ ਦੇ ਵਾਂਗ ਹੈ, ਔਰ ਇਹਨਾਂ ਨੇ ਬਹੁਤ ਜ਼ਿਆਦਾ ਜੋ ਅੱਜ ਕੈਰੀਅਰ ਦੇ ਵਿੱਚ ਗਾਂਹ ਜਾਣ ਵਾਸਤੇ ਡ੍ਰੀਮ ਆਪਣਾ ਰੱਖਿਆ ਕਿ ਮੈਂ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰਨੀ ਹੈ, ਔਰ ਸਾਡੀ ਕੋਸ਼ਿਸ਼ ਇਹੋ ਰਹੇਗੀ ਕਿ ਜਿੱਥੇ ਜਿੱਥੇ ਇਹਨੂੰ ਲੋੜ ਪਏਗੀ ਅਸੀਂ ਇਹਦਾ ਸਾਥ ਦੇਵਾਂਗੇ। ਔਰ ਜੇਕਰ ਮੰਨ ਲਓ ਕਿਸੇ ਫੀਲਡ 'ਚ ਬੱਚੀ ਜਾਂਦੀ ਹੈ, ਉੱਥੇ ਕਾਮਯਾਬ ਹੁੰਦੀ ਹੈ, ਤੇ ਮਾਂ ਪਿਓ ਦੇ ਨਾਲ ਨਾਲ ਟੀਚਰਾਂ ਦਾ ਵੀ ਮਾਣ ਮਹਿਸੂਸ ਜਿਹੜਾ ਉੱਥੇ ਮਾਣ ਵਧਾਉਂਦੀ ਹੈ, ਔਰ ਸਾਨੂੰ ਉਹ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਜੇ ਗੱਲ ਕੀਤੀ ਜਾਵੇ, ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਗੱਲ ਕੀਤੀ ਜਾਵੇ ਬੱਚਿਆਂ ਦੇ, ਇੱਕ ਤਖੱਲਸ ਜੋੜ ਦਿੱਤਾ ਜਾਂਦਾ ਕਿ ਇਹ ਪਰਾਇਆ ਧਨ, ਜਾਂ ਬਹੁਤ ਸਾਰੇ ਜਿਹੜੇ ਗਾਣੇ ਆ ਉਹਨਾਂ ਵਿੱਚ ਬਾਬਲ ਸਾਡਾ ਚਿੜੀਆਂ ਦਾ ਚੰਬਾ ਅਸੀਂ ਉੱਡਵੇ ਜਾਣਾ ਵਗੈਰਾ ਵਗੈਰਾ ਚੀਜ਼ਾਂ ਕੀਤੀਆਂ ਜਾਂਦੀਆਂ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਿੱਚ ਮਿਹਰਾ ਜਾਣਾ, ਯਾਨੀ ਗੁਰਬਾਣੀ ਦੇ ਵਿੱਚ ਵੀ ਔਰਤਾਂ ਨੂੰ ਜਿਹੜਾ ਪਹਿਲ ਦਿੱਤੀ ਗਈ ਹੈ, ਤੇ ਫਿਰ ਇਸ ਤਰ੍ਹਾਂ ਅੱਜ ਦੇ ਜ਼ਮਾਨੇ ਵਿੱਚ ਇਹ ਲੋਕ ਇਸ ਤਰ੍ਹਾਂ ਕਿਉਂ ਕਰਦੇ ਨੇ? ਦੇਖੋ, ਪਤਾ ਕੀ ਹੈ ਜੀ, ਉਹ ਪਹਿਲਾ ਜ਼ਮਾਨਾ ਹੁੰਦਾ ਸੀ ਕਿ ਲੋਕੀ ਜਦੋਂ ਇਹਨਾਂ ਚੀਜ਼ਾਂ ਤੋਂ ਅਣਜਾਣ ਸੀ, ਉਹ ਅੱਜ ਦੇ ਸਮੇਂ ਦੇ ਵਿੱਚ ਵੀ ਅਗਰ ਕੋਈ ਮਾਂ ਪਿਓ ਕੁੜੀ ਤੇ ਮੁੰਡੇ 'ਚ ਭੇਦਭਾਵ ਕਰਦਾ ਨਾ, ਤੇ ਉਹ ਇਹਦਾ ਮਤਲਬ ਹੈ ਕਿ ਉਹਨੂੰ ਥੋੜਾ ਮਾਨਸਿਕ ਤੌਰ ਤੇ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਇਆ, ਕਿਉਂਕਿ ਅੱਜ ਦੇ ਟਾਈਮ ਮੇਰੀਆਂ ਵੀ 2 ਬੇਟੀਆਂ ਨੇ, ਔਰ ਮੈਂ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਬੇਟੇ ਦੀ ਲੋੜ ਹੈ, ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਜੋ ਪਰਮਾਤਮਾ ਨੇ ਸਾਡੀ ਕਿਸਮਤ 'ਚ ਲਿਖਿਆ ਉਹ ਹੋ ਕੇ ਰਹਿਣਾ। ਪਰ ਇੱਕ ਬੇਟੀਆਂ ਨੇ ਜੋ ਬੱਚਿਆਂ ਦਾ ਆਪਾਂ ਸੋਚ ਕੇ ਰੱਖਦੇ ਹਾਂ ਨਾ ਕਿ ਬੇਟਾ ਮੇਰਾ ਮਾਣ ਵਧਾਏਗਾ, ਅੱਜ ਇਹ ਬੇਟੀਆਂ ਨੇ ਇਹਨਾਂ ਨੇ ਸਾਡਾ ਪੂਰਾ ਜ਼ਿਲ੍ਹੇ 'ਚ ਔਰ ਪੂਰੇ ਪੰਜਾਬ 'ਚ ਮਾਣ ਵਧਾਇਆ। ਤੇ ਜਿਹੜੇ ਮਾਂ ਪਿਓ ਇਹ ਸੋਚਦੇ ਨੇ ਕਿ ਹਾਂ ਜੀ ਬੇਟੀਆਂ ਕਿਸੇ ਜਾ ਕੇ ਫੀਲਡ 'ਚ ਪਰਾਇਆ ਧਨ ਹੈ, ਦੇਖੋ ਅਸਲ 'ਚ ਇਹ ਪਰਾਇਆ ਧਨ ਨਹੀਂ ਹੈ, ਬੇਟੀਆਂ ਕੀ ਹੈ, ਦੋ ਪਰਿਵਾਰਾਂ ਨੂੰ ਚਲਾਉਂਦੀ ਹੈ। ਇੱਕ ਲੜਕੇ ਦੀ ਮੈਰਿਜ ਤੋਂ ਬਾਅਦ ਲੜਕਾ ਸਿਰਫ ਬੇਟੀ ਨੂੰ ਪਰਿਵਾਰ ਨੂੰ ਸਾਂਭਦਾ, ਬਟ ਬੇਟੀ ਕੀ ਹੈ, ਉਹਨੂੰ ਆਪਣਾ ਪੇਕਾ ਪਰਿਵਾਰ ਤੇ ਸਹੁਰਾ ਪਰਿਵਾਰ ਦੋਵੇਂ ਸਾਂਭਣੇ ਹੁੰਦੇ ਆ, ਉਹਦੇ ਤੇ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਔਰ ਇੰਨੀ ਵੱਡੀ ਜ਼ਿੰਮੇਵਾਰੀ ਪਰਮਾਤਮਾ ਨੇ ਜੇ ਇੱਕ ਔਰਤ ਨੂੰ ਦਿੱਤੀ ਹੈ ਤਾਂ ਪਰਮਾਤਮਾ ਨੇ ਕੁਝ ਸੋਚ ਸਮਝ ਕੇ ਇਹ ਖੇਡ ਬਣਾਈ ਹੋਈ ਹੈ, ਇਸ ਲਈ ਸਾਨੂੰ ਇਹਨਾਂ ਚੀਜ਼ਾਂ ਤੇ ਮਾਣ ਕਰਨਾ ਚਾਹੀਦਾ ਕਿ ਇੱਕ ਔਰਤ
ਜ਼ਿੰਦਗੀ 'ਚ ਇਕੱਲਾ ਪਰਿਵਾਰ ਨਹੀਂ ਚਲਾਉਂਦੀ, ਪੂਰਾ ਸਮਾਜ ਨੂੰ ਚਲਾ ਰਹੀ ਹੈ। ਪਰ ਇਸ ਲਈ ਕੋਸ਼ਿਸ਼ ਇਹ ਕਰੋ ਕਿ ਕਦੀ ਵੀ ਬੇਟੀ ਤੇ ਬੇਟੇ 'ਚ ਭੇਦਭਾਵ ਨਾ ਕਰੋ। ਬੇਟੀਆਂ ਉਹ ਅੱਜ ਪਾਇਲਟ, ਦੇਖੀਏ ਤਾਂ ਕੱਲ੍ਹ ਪਰਸੋਂ ਇੱਕ ਨਿਊਜ਼ ਆਈ ਸੀ ਲੁਧਿਆਣੇ ਦੀ, ਜਿਹਦੇ ਵਿੱਚ ਇੱਕ ਬੇਟੀ ਨੇ IPS ਜੁਆਇਨ ਕੀਤੀ ਹੈ, IAS ਕਲੀਅਰ ਕੀਤਾ। ਇਸੇ ਤਰੀਕੇ ਨਾਲ ਇੱਕ ਲੜਕੀ ਜਿਹੜੀ ਉਹ ਪਾਇਲਟ ਦਾ ਉਹਨੇ ਸਿਲੈਕਟ ਹੋਈ ਹੈ ਪਾਇਲਟ ਵਾਸਤੇ। ਸੋ ਮੈਂ ਇਹੋ ਹੀ ਕਹਾਂਗਾ ਵੀ ਜਿੰਨੀਆਂ ਵੀ ਲੜਕੀਆਂ ਨੂੰ ਪੜ੍ਹਾਇਆ ਜਾਂਦਾ, ਕਦੇ ਵੀ ਇਹ ਨਹੀਂ ਸੋਚਣਾ ਕਿ ਬੇਟੀ ਪਰਾਇਆ ਧਨ ਹੈ, ਪੜ੍ਹ ਲਿਖ ਕੇ ਕੱਲ੍ਹ ਨੂੰ ਕਿਸੇ ਹੋਰ ਘਰ ਜਾਏਗੀ। ਜਦੋਂ ਬੇਟੀ ਪੜ੍ਹ ਲਿਖੇਗੀ ਤਾਂ ਉਹਦੇ ਵਾਸਤੇ ਕਾਬਲ ਵਰ ਵੀ ਆਪਣੇ ਆਪ ਹੀ ਲੱਭਦਾ, ਤਾਂ ਜੋ ਕਿਉਂਕਿ ਉਹ ਬੇਟੀ ਨੇ ਨਾਮ ਰੋਸ਼ਨ ਕੀਤਾ। ਇਸ ਲਈ ਕਦੀ ਵੀ ਇਹ ਮਹਿਸੂਸ ਨਹੀਂ ਕਰਨਾ ਕਿ ਸਾਡੇ ਲਈ ਬੇਟੀਆਂ ਜਾਂ ਬੇਟੇ 'ਚ ਕੋਈ ਅੰਤਰ ਹੈ, ਬੇਟੀਆਂ ਹੀ ਉੱਤਮ ਹੁੰਦੀਆਂ ਨੇ। ਸੋ ਟੀਚਰਾਂ ਦੇ ਬਹੁਤ ਵਧੀਆ ਵਿਚਾਰ ਨੇ, ਇੱਕ ਮਾਂ ਬਾਪ ਦੀ ਪਰਵਰਿਸ਼ ਤੇ ਔਰ ਦੂਸਰਾ ਟੀਚਰ, ਇਹੀ ਬੱਚਿਆਂ ਨੂੰ ਵਧੀਆ ਬਣਾ ਸਕਦੇ। ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਬੇਟੀ ਦੇ ਮੰਮਾ ਪਾਪਾ ਨਾਲ। ਹੁਣ ਸਾਡੇ ਨਾਲ ਨੇ ਸਰਦਾਰ ਦਲਬੀਰ ਸਿੰਘ, ਜਿਹੜੇ ਕਿ ਲੜਕੀ ਦੇ ਫਾਦਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਬੇਟੀ ਜਿਹੜੀ ਆ ਉਹਨਾਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਉਹ ਫਸਟ ਡਿਵੀਜ਼ਨ ਹਾਸਲ ਕੀਤੀ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਕੀ ਕਹਿਣਾ ਜੀ, ਬੱਚੀ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ, ਜਿਹੜੇ ਕਿ ਟੀਚਰ ਵੀ ਅੱਜ ਬਹੁਤ ਤਾਰੀਫ ਕਰਦੇ, ਡਿਸਟ੍ਰਿਕਟ ਦੇ ਵਿੱਚੋਂ ਵੀ ਆਪਾਂ ਗੱਲ ਕੀਤੀ ਜਾਵੇ ਤੇ ਉਹ ਟੌਪ ਰਹੀ ਹੈ, ਤੇ ਘਰ ਦੇ ਵਿੱਚ ਸੰਸਕਾਰ ਕਿੱਦਾਂ ਦੇ, ਕਿ ਬੱਚੇ ਸ਼ਰਾਰਤੀ ਹੁੰਦੇ ਨੇ, ਸ਼ਰਾਰਤ ਵਾਲੀ ਸੀ ਜਾਂ ਫਿਰ ਕਿਸ ਤਰ੍ਹਾਂ ਦੇ ਇਹਦਾ ਸੁਭਾਅ? ਸਰ ਇਹ ਸ਼ੁਰੂ ਤੋਂ ਹੀ ਪ੍ਰੀ ਨਰਸਰੀ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਪੜ੍ਹਾਈ ਦਾ ਮਾਹੌਲ ਹੀ ਰਿਹਾ ਵੀ ਬਿਲਕੁਲ ਸਾਰਾ ਦਿਨ ਪੜ੍ਹਦੇ ਰਹਿਣਾ, ਤੇ ਸ਼ਰਾਰਤੀ ਤੇ ਬਹੁਤ ਘੱਟ ਆ, ਤੇ ਮੰਮਾ ਨੇ ਕੋਈ ਕੰਮ ਦੇਣਾ ਉਹਨੇ ਕੰਮ ਕਰਦੇ ਨੇ ਕਹਿਣਾ ਵੀ ਇਹ ਕੰਮ ਕਰਕੇ ਆ, ਮੈਂ ਉਹਨੂੰ ਸਟਾਰ ਦਿੰਦੇ, ਮੰਮਾ ਨੇ ਸਟਾਰ ਦੇਣਾ, ਤੇ ਉਹਨੇ ਉਸੇ ਖੁਸ਼ੀ ਵਿੱਚ ਫੇਰ ਜਾਣਾ, ਫੇਰ ਕੰਮ ਕਰਕੇ ਲੈਣਾ, ਮੰਮਾ ਨੇ ਫੇਰ ਕਰਨਾ, ਮਤਲਬ ਸਾਰਾ ਦਿਨ ਇਸੇ ਕੰਮ ਦੇ ਵਿੱਚ ਵੀ ਪੜ੍ਹਾਈ ਮਤਲਬ ਰੁਟੀਨ ਨਾਲ ਜਾਰੀ ਰੱਖਣੀ ਤੇ ਇਸੇ ਮਾਹੌਲ ਦੇ ਨਾਲ। ਜੇ ਗੱਲ ਕੀਤੀ ਜਾਵੇ ਅੱਜ ਬੇਸ਼ੱਕ ਯੁੱਗ ਜਿਹੜਾ ਵਾ ਬਹੁਤ ਅੱਗੇ ਵੱਧ ਗਿਆ, ਲੋਕ ਬਹੁਤ ਸਾਰੇ ਜਿਹੜੇ ਆ ਉਹ ਬੇਟੀਆਂ ਨੂੰ ਜਿਹੜਾ ਉਹ ਪਿੱਛੇ ਰੱਖ ਕੇ ਤੇ ਬੇਟਿਆਂ ਨੂੰ ਜਿਹੜਾ ਅੱਗੇ ਰੱਖਿਆ ਜਾਂਦਾ। ਤੁਹਾਡੇ ਮੈਂ ਦੇਖਿਆ ਕਿ ਬਹੁਤ ਵਧੀਆ ਸੰਸਕਾਰ ਆ, ਗੁਰੂ ਸਾਹਿਬ ਦੇ ਨਾਲ ਤੁਸੀਂ ਜੁੜੇ ਹੋਏ ਹੋ, ਸ਼ਬਦ ਗੁਰਬਾਣੀ ਕਰਦੇ ਹੋ, ਗੁਰੂ ਸਾਹਿਬਾਂ ਨੇ ਬੜੇ ਵਧੀਆ ਸੰਦੇਸ਼ ਦਿੱਤੇ ਆ ਗੁਰਬਾਣੀ ਦੇ ਵਿੱਚ, ਔਰਤਾਂ ਨੂੰ ਜਿਹੜਾ ਵਾ ਉਹ ਮੁੱਖ ਰੱਖਿਆ ਗਿਆ। ਤੁਸੀਂ ਅੱਜ ਆਪਣੀ ਬੇਟੀ ਨੂੰ ਉਸ ਲੈਵਲ ਤੇ ਦੇਖੇ ਹੋ ਜਿਹੜਾ ਕਿ ਫਸਟ ਡਿਵੀਜ਼ਨ ਹਾਸਲ ਕੀਤੀ ਆ, ਘਰ ਦੇ ਵਿੱਚ ਜਦੋਂ ਖੁਸ਼ੀ ਆਈ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ, ਔਰ ਤੁਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਿਸ ਤਰ੍ਹਾਂ ਕਰਦੇ? ਮੈਂ ਜੀ ਗੁਰੂ ਸਾਹਿਬ ਜੀ ਦਾ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ, ਤੇ ਘਰ ਵਿੱਚ ਬਹੁਤ ਵਧੀਆ ਮਾਹੌਲ ਲੱਗਾ, ਤੇ ਮੈਂ ਗੁਰੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਮੇਰੀ ਬੇਟੀ ਨੂੰ ਉਹਨਾਂ ਨੇ ਇਸ ਮੁਕਾਮ ਤੱਕ ਪਿਆ, ਕਿਉਂਕਿ ਗੁਰੂ ਤੋਂ ਅਸੀਂ ਪਿੱਛੇ ਨਹੀਂ, ਗੁਰੂ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਦਾ ਤੇ ਫਿਰ ਹੀ ਸਾਡੇ ਤੇ ਰਹਿਮਤਾਂ ਮਿਲਦੀਆਂ ਸਾਨੂੰ, ਤੇ ਮੈਂ ਬੜਾ ਸ਼ੁਕਰਗੁਜ਼ਾਰ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਮੇਰੇ ਤੋਂ ਇਹ ਦਾਤ ਬਖਸ਼ਿਸ਼ ਕੀਤੀ ਹੈ ਮੈਨੂੰ। ਜੀ ਗੱਲ ਕੀਤੀ ਜਾਵੇ ਕਿ ਪੰਜਾਬ ਜਿਹੜਾ ਵਾ ਉਹ ਪਹਿਲਾਂ ਲੋਕ ਬੜੇ ਹੋਰ ਤਰ੍ਹਾਂ ਦੇ ਨਾਲ ਫਿਲਮਾਂ ਦੇ ਵਿੱਚ ਵਿਖਾਇਆ ਜਾਂਦਾ, ਲੇਕਿਨ ਅਸਲ ਤਸਵੀਰ ਜਿਹੜੀ ਆ ਉਹ ਕੁਛ ਵੱਖਰੀ ਆ। ਤੁਹਾਡੀ ਬੇਟੀ ਡਾਕਟਰ ਬਣਨਾ ਚਾਹੁੰਦੀ ਆ, ਤੇ ਤੁਹਾਡਾ ਸੰਯੋਗ ਕਿਸ ਤਰ੍ਹਾਂ ਦਾ ਰਹੇਗਾ? ਸਾਡਾ ਸੰਯੋਗ ਜੀ ਪੂਰਾ ਰਹੂਗਾ। ਵੇਖੋ ਜੀ, ਬੇਟੀ ਦਾ ਮਨ ਦੀ ਖੁਆਇਸ਼ ਵੀ ਮੈਂ ਉਹਦੀ ਸ਼ੁਰੂ ਤੋਂ ਜੀ, ਵੇਖੋ ਜੀ ਛੋਟੀ ਹੁੰਦੀ ਤੋਂ ਉਹਦਾ ਸ਼ੌਂਕ ਹੀ, ਹੁਣ ਵੀ ਜੋ ਪਲੱਸ ਵਨ ਤੋਂ ਦਸਵੀਂ ਤੋਂ ਮਤਲਬ ਸੇਵਾ ਕਰਨੀ, ਗਰੀਬਾਂ ਦੀ ਸੇਵਾ ਕਰਨੀ, ਉਹਨਾਂ ਨੂੰ ਕੁਝ ਨਾ ਕੁਝ ਲੈ ਕੇ ਦੇਣਾ, ਪਾਪਾ ਨੂੰ ਕਹਿਣਾ ਵੀ ਮੈਂ ਕਹਿਣਾ ਕਿਹਨੂੰ ਕੁਛ ਲੈ ਕੇ ਦੇਣਾ, ਕਿਸੇ ਦੀ ਹੈਲਪ ਕਰਨੀ ਆ, ਇਹ ਕਰਦੀ ਰਹੀ ਆ। ਉਹ ਹੈਲਪ ਕਰਨ ਦਾ ਇਹਨੂੰ ਸ਼ੌਂਕ ਵੀ ਮੈਂ ਹੁਣ ਗਾਂਹ ਡਾਕਟਰ ਬਣੂੰਗੀ ਤੇ ਉਹਨਾਂ ਦੀ ਸੇਵਾ ਕਰੂੰਗੀ, ਵੀ ਮੈਂ ਕਿਸੇ ਕੋਈ ਪੈਸਾ ਨਹੀਂ ਲੈਣਾ, ਕਿਸੇ ਗਰੀਬ ਦੀ ਜਾਂ ਕੋਈ ਮਾੜੇ ਬੰਦੇ ਦੀ ਮੈਂ ਮਦਦ ਜ਼ਰੂਰ ਕਰਨੀ, ਬਿਨਾਂ ਪੈਸਿਆਂ ਤੋਂ ਮੈਂ ਸਾਰੀ ਗਰੀਬਾਂ ਦੀ ਸੇਵਾ ਕਰਾਂਗੀ। ਸੋ ਬੇਟੀ ਦੇ ਮੰਮਾ ਵੀ ਨਾਲ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ।
ਕਿ ਜਦੋਂ ਪਹਿਲਾ ਮਤਲਬ ਤੁਹਾਨੂੰ ਮੈਸੇਜ ਮਿਲਦਾ ਉਹ ਤੁਹਾਡਾ ਰਿਐਕਸ਼ਨ ਕਿੱਦਾਂ ਦਾ ਸੀ? ਭਾਵਕ ਸੀ ਜਾਂ ਖੁਸ਼ੀ ਵਾਲਾ ਸੀ, ਕਿਸ ਤਰ੍ਹਾਂ ਦਾ ਸੀ? ਬਹੁਤ ਭਾਵਕ ਹੋਏ, ਬਹੁਤ ਸਾਰੇ ਜਾਣੇ ਰੋਣ ਲੱਗ ਗਏ ਕਿ ਇੰਨਾ ਵਧੀਆ ਮੁਕਾਮ ਹਾਸਲ ਕੀਤਾ ਸਾਡੀ ਬੇਟੀ ਨੇ, ਤੇ ਖੁਸ਼ੀ ਵੀ ਬੜੀ ਸੀ, ਬਹੁਤ ਖੁਸ਼ੀ ਹੋਈ ਸੁਣ ਕੇ। ਪਹਿਲੇ ਵੀ ਸਾਨੂੰ ਪਤਾ ਸੀ ਵਧੀਆ ਪੇਪਰ ਹੋਏ ਸੀ, ਆ ਕੇ ਦੱਸਦੀ ਹੁੰਦੀ ਮੰਮਾ ਮੇਰੇ ਪੇਪਰ ਬਹੁਤ ਵਧੀਆ ਹੋਏ, ਬਹੁਤ ਵਧੀਆ ਹੋਏ, ਪਰ ਸਾਨੂੰ ਇੰਨੀ ਨਹੀਂ ਉਮੀਦ ਹੈਗੀ ਕਿ ਇੱਥੋਂ ਤੱਕ ਪਹੁੰਚ ਸਕਦੀ ਆ, ਪਰ ਚਲੋ ਮਾਲਕ ਦੀ ਕਿਰਪਾ ਨਾਲ ਹੋਇਆ ਹੈ ਤੇ ਗਈ, ਇੰਨੀ ਵਧੀਆ ਹਾਸਲ ਕੀਤਾ ਮੁਕਾਮ ਇਹਨੇ। ਗਾਂ ਵੀ ਮਾਲਕ ਨੂੰ ਇਸੇ ਚੜ੍ਹਦੀਆਂ ਕਲਾਂ ਵਿੱਚ ਰੱਖੇ, ਪਰਮਾਤਮਾ ਮੇਰ ਕਿਰਪਾ ਬਣਾਈ ਰੱਖੇ ਆਪਣੀ ਬੱਚੀ ਤੇ। ਦੇਖੋ ਬਹੁਤ ਸਾਰੇ ਮਾਂ ਬਾਪ ਸੋਚਦੇ ਆ ਕਿ ਬੇਟਾ ਹੋਣਾ ਬਹੁਤ ਜ਼ਰੂਰੀ ਆ। ਤੁਹਾਡੀਆਂ ਦੋ ਬੇਟੀਆਂ ਨੇ, ਤੁਸੀਂ ਬਹੁਤ ਵਧੀਆ ਪੜ੍ਹਾ ਰਹੇ ਹੋ, ਅੱਛੀ ਤਾਲੀਮ ਜਿਹੜੀ ਆ ਉਹ ਦੇ ਰਹੇ ਹੋ, ਦੂਸਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਬੇਟੀ ਤੇ ਬੇਟੇ ਦੇ ਵਿੱਚ ਕੀ ਅੰਤਰ ਆ? ਅਸੀਂ ਤੇ ਕਦੀ ਕੋਈ ਨੀ ਰੱਖਿਆ ਹੀ ਨੀ, ਫਰਕ ਰੱਖਿਆ ਹੀ ਨੀ ਕਦੀ ਕਿ ਬੇਟੀਆਂ ਸਾਡੀਆਂ, ਨਾ ਅਸੀਂ ਇਹਨਾਂ ਨੂੰ ਕਦੀ ਕੋਈ ਹਰ ਇੱਕ ਚੀਜ਼ ਇਹਨਾਂ ਨੂੰ ਲਿਆ ਕੇ ਦੇਈਦੀ, ਜੋ ਮੰਗਣ ਉਸ ਵੇਲੇ ਲਿਆ ਕੇ ਦੇਈਦਾ, ਜਿੰਨੇ ਕੁ ਜੋਗੇ ਹੈਗੇ ਕਰੀਦਾ ਆ ਕਿ ਚਲੋ ਬੱਚੇ ਪੜ੍ਹ ਜਾਓ ਤੁਹਾਡੀ ਲਾਈਫ ਬਣ ਜਾਏਗੀ ਤੇ ਤੁਹਾਡੀ ਜ਼ਿੰਦਗੀ ਬਣ ਜਾਏਗੀ ਤੇ ਆਪਣਾ ਕੁਛ ਨਾ ਕੁਛ ਕਰਨ ਲੂਗੀ, ਆਪਣੇ ਪੈਰਾਂ ਤੇ ਸਟੈਂਡ ਹੋ ਜਾਊਗੀਆਂ, ਤੇ ਅੱਗੇ ਮਾਲਕ ਦੀ ਬਹੁਤ ਕਿਰਪਾ ਰਹੀ ਇਹਨਾਂ ਦੇ ਉੱਤੇ। ਇਹਨਾਂ ਦੀ ਮਿਹਨਤ ਬਹੁਤ ਆ, ਬਹੁਤ ਮਿਹਨਤ ਕਰਦੀ ਬੇਟੀ ਮੇਰੀ, ਸਾਰਾ ਦਿਨ ਉਹਨੇ ਸਟੱਡੀ ਵਾਲੀ ਲੱਗੀ ਰਹਿਣਾ, ਜਦੋਂ ਕਿਤੇ ਫ੍ਰੀ ਹੋਣਾ ਉਹਨੇ ਮੇਰੇ ਨਾਲ ਕੰਮ ਕਰਾਉਣ ਲੱਗ ਜਾਣਾ, ਕੋਈ ਟੀਵੀ ਦਾ ਸ਼ੌਂਕ ਨਹੀਂ ਉਹਨੂੰ, ਕੋਈ ਫਿਲਮਾਂ ਦਾ ਸ਼ੌਂਕ ਨਹੀਂ, ਕੁਛ ਨਹੀਂ, ਬਸ ਸਟੱਡੀ ਕਰਨੀ ਆਪਣਾ ਤੇ ਆਪਣਾ ਜੋ ਵੀ ਆਪਣਾ ਪੜ੍ਹਾਈ ਕਰਨੀ ਤੇ ਜਾਂ ਮੰਮਾ ਪਾਪਾ ਦੀ ਹੈਲਪ ਕਰਨੀ। ਸਾਡਾ ਬਹੁਤ ਸੋਚਦੀਆਂ ਬੇਟੀਆਂ, ਸਾਡੀ ਦੋਨੇ ਬੇਟੀਆਂ ਬਹੁਤ ਸੋਚਦੀਆਂ ਸਾਡੇ ਬਾਰੇ। ਸੋ ਦੇਖ ਸਕਦੇ ਹੋ ਕਿ ਪੂਰੇ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਦਾ ਮਾਹੌਲ ਆ ਬੇਟੀ ਦੇ ਪਲੱਸ ਟੂ ਟੌਪਰ ਕਰਨ ਦੇ ਵਿੱਚ। ਤੁਸੀਂ ਦੇਖਦੇ ਹੋ ਦੈਨਿਕ ਸਵੇਰਾ, ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ ਬਟਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।